ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆਹ ਕਰੋਸ਼ੀਆ ਚਲਾਉਣ ਦੀ ਜਾਚ ਦੱਸਣ ਲੱਗੀ ਹਾਂ। ਇਹ ਵੀ ਮੇਰੇ ਵਿਊਵਰਸ ਆ ਜਿਨ੍ਹਾਂ ਦੀ ਬਹੁਤ ਡਿਮਾਂਡ ਸੀ ਕਿ ਸਾਨੂੰ ਕਰੋਸ਼ੀਆ ਚਲਾਉਣ ਦੀ ਜਾਚ ਦੱਸੋ। ਜਿਨ੍ਹਾਂ ਨੂੰ ਕਰੋਸ਼ੀਆ ਉਹਨਾਂ ਨੂੰ ਬਿਲਕੁਲ ਸਿੰਪਲ ਚੇਨ ਬਣਾਉਣੀ ਆਉਂਦੀ ਆ, ਇਸ ਤੋਂ ਅੱਗੇ ਉਹਨਾਂ ਨੂੰ ਨਹੀਂ ਬਣਾਉਣਾ ਆਉਂਦਾ। ਇਹ ਉਹਨਾਂ ਦੀ ਡਿਮਾਂਡ 'ਤੇ ਮੈਂ ਆ ਬਣਾ ਕੇ ਤਿਆਰ ਕੀਤਾ ਵਾ। ਇਹਦੇ ਵਿੱਚ ਮੈਂ ਬਹੁਤ ਹੀ ਆਸਾਨੀ ਨਾਲ ਆ ਜਿਹੜੇ ਬਣਾਉਣੇ ਤੁਹਾਨੂੰ ਦੱਸੂੰਗੀ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਵਾਂਗੇ। ਇਹ ਹੁਣ ਮੈਂ ਤੁਹਾਨੂੰ ਬਣਾਉਣਾ ਦੱਸਦੀ, ਇਹ ਵੀਡੀਓ ਵੇਖ ਕੇ ਤੁਹਾਨੂੰ ਕਰੋਸ਼ੀਆ ਚਲਾਉਣ ਦੀ ਜਾਚ ਜਿਹੜੀ ਆ ਜੂਗੀ। ਅਤੇ ਇਸ ਤੋਂ ਅੱਗੇ ਫਿਰ ਮੈਂ ਹੌਲੀ ਹੌਲੀ ਥੋੜ੍ਹੇ ਸਿੰਪਲ ਸਿੰਪਲ ਡਿਜ਼ਾਈਨ ਜਿਹੜੇ ਉਹ ਤੁਹਾਨੂੰ ਬਣਾਉਣੇ ਦੱਸੂਗੀ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਜਿਹੜਾ ਸਿੰਪਲ ਚੇਨ ਹੈ ਇਹ ਬਣਾਉਣੀ ਸਿੱਖੋ। ਇਸ ਤੋਂ ਅੱਗੇ ਫਿਰ ਮੈਂ ਸਿੰਪਲ ਡਿਜ਼ਾਈਨ ਤੁਹਾਨੂੰ ਦੱਸੂਗੀ। ਹੁਣ ਆਓ ਮੈਂ ਤੁਹਾਨੂੰ ਬਣਾਉਣਾ ਦੱਸਦੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਵਾਂਗੇ। ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਆ ਵੇਖੋ ਆਪਾਂ ਇੰਜ ਕਰਕੇ ਇੱਕ ਲੂਪ ਬਣਾ ਲਾਂਗੇ। ਫਿਰ ਇੰਜ ਆਪਾਂ ਉਂਗਲ 'ਤੇ ਧਾਗਾ ਲਪੇਟਿਆ, ਇਸ ਤਰੀਕੇ। ਇੰਜ ਆਪਾਂ ਚੇਨ ਬਣਾਉਂਦੇ ਜਾਵਾਂਗੇ। ਆ ਵੇਖੋ ਮੈਂ ਬੜਾ ਹੌਲੀ ਹੌਲੀ ਬਣਾ ਕੇ ਤੁਹਾਨੂੰ ਦੱਸੂਗੀ ਤਾਂ ਕਿ ਬੜੇ ਆਸਾਨੀ ਨਾਲ ਤੁਹਾਨੂੰ ਜਿਹੜੀ ਸਮਝ ਲੱਗ ਜੇ। ਇਹ ਆਪਾਂ ਸਿੰਗਲ ਚੇਨ ਬਣਾਉਣ ਡਏ ਹਾਂ। ਹੁਣ ਆਪਾਂ ਇਹਨੂੰ ਕੀ ਕਰਾਂਗੇ, ਇਸ ਤਰ੍ਹਾਂ ਵੇਖੋ ਇੰਜ ਆਪਾਂ ਕਰੋਸ਼ੀਆ ਨੂੰ ਵਲ ਪਾਇਆ, ਇੱਕ ਦੋ, ਤੀਜੀ ਚੇਨ ਦੇ ਵਿੱਚੋਂ ਆਪਾਂ ਕੱਢਾਂਗੇ ਇੰਜ। ਫਿਰ ਇਸ ਤਰੀਕੇ ਕੀਤਾ, ਇੱਕ ਹੋਲ ਹੋਰ ਬਣ ਗਿਆ ਆਪਣੇ ਕੋਲ। ਫਿਰ ਵਲ ਕਰੋਸ਼ੀਆ 'ਤੇ ਪਾ ਕੇ ਇਹਨਾਂ ਦੋ ਨੂੰ ਆਪਾਂ ਪਹਿਲਾਂ ਇੱਕ ਵਾਰਾ ਕੱਢਾਂਗੇ, ਫਿਰ ਇਹਨਾਂ ਦੋ ਨੂੰ ਇੱਕ ਵਾਰਾ ਕੱਢਾਂਗੇ, ਫਿਰ ਇੰਜ ਕਰੋਸ਼ੀਆ 'ਤੇ ਵਲ ਪਾਵਾਂਗੇ। ਫਿਰ ਜਿਹੜੀ ਆ ਵੇਖੋ ਅਗਲੀ ਚੇਨ ਆਪਣੀ, ਉੱਥੋਂ ਇਸ ਤਰੀਕੇ ਆਪਾਂ ਬਣਾਵਾਂਗੇ। ਆ ਵੇਖੋ ਫਿਰ ਇੰਜ ਦੋ ਨੂੰ ਪਹਿਲਾਂ ਆਪਾਂ ਇੱਕ ਵਾਰ ਬਣਾਵਾਂਗੇ, ਫਿਰ ਅਗਲਿਆਂ ਦੋ ਨੂੰ ਫਿਰ ਇੱਕ ਵਾਰ ਬਣਾ ਦਾਂਗੇ। ਇਸ ਤਰੀਕੇ ਆਪਾਂ ਇੱਕ ਇੱਕ ਕਰਕੇ ਜਿਹੜੀ ਹੈ ਚੇਨ 'ਚੋਂ ਬਣਾਉਂਦੇ ਜਾਵਾਂਗੇ। ਇਹ ਜਿਨ੍ਹਾਂ ਨੂੰ ਕਰੋਸ਼ੀਆ ਬਿਲਕੁਲ ਵੀ ਚਲਾਉਣਾ ਨਹੀਂ ਆਉਂਦਾ ਉਹ ਇਸ ਤਰ੍ਹਾਂ ਬੜੀ ਆਸਾਨੀ ਨਾਲ ਜਿਹੜੀ ਜਾਚ ਸਿੱਖ ਸਕਦੇ ਆ। ਆ ਵੇਖੋ ਇੰਜ ਆਪਾਂ ਵਲ ਪਾਇਆ, ਫਿਰ ਅਗਲੀ ਚੇਨ 'ਚੋਂ ਇਸ ਤਰੀਕੇ ਨੂੰ ਕੱਢਾਂਗੇ। ਹੁਣ ਆਪਣੇ ਕੋਲ ਤਿੰਨ ਚੇਨਾਂ ਹੋ ਗਈਆਂ, ਫਿਰ ਇੰਜ ਵਲ ਪਾ ਕੇ ਦੋ ਨੂੰ ਪਹਿਲਾਂ ਆਪਾਂ ਕੱਢ ਲਾਂਗੇ, ਅਗਲੀਆਂ ਦੋ ਨੂੰ ਫਿਰ ਕੱਢ ਲਾਂਗੇ। ਇਸ ਤਰੀਕੇ ਆਪਾਂ ਜਿਹੜੀਆਂ ਵਾ ਚੇਨਾਂ ਬਣਾਉਂਦੇ ਜਾਵਾਂਗੇ। ਇੱਦਾਂ ਇੱਕ ਇੱਕ ਕਰਕੇ ਆਪਾਂ ਸਾਰੀਆਂ ਚੇਨਾਂ 'ਚੋਂ ਵੇਖੋ ਇਸ ਤਰ੍ਹਾਂ ਆਪਾਂ ਲੂਪ ਬਣਾਉਂਦੇ ਜਾਵਾਂਗੇ। ਆਪਣੀਆਂ ਸਾਰੀਆਂ 'ਚੋਂ ਆ ਗਏ। ਹੁਣ ਇਸ ਤੋਂ ਉੱਪਰ ਜਦੋਂ ਆਪਾਂ ਸ਼ੁਰੂ ਕਰਨੀ ਆ, ਫਿਰ ਇੱਥੇ ਆਪਾਂ ਇੱਕ ਦੋ
तीन आप सिंगल क्रोशिया करांगे, फिर इंज आप एनू घुमा के इतों आप लई चेन एक वाल लिया। वेखो आ चेन आप एक छड के अगली चेन चो फिर बनावांगे। ये अपनिया दो चेन बन गई, एक दो फिर वाल लिया, फिर आप इस तरीके बना के फिर आप वाल लिया। ये वीडियो वेख के तुसी बहुत ही आसानी नाल जिहड़ा क्रोशिया चलाउणा सिख लोगे। जदों तुहानूं इस तरह सिंपल क्रोशिया चलाउणा आ गया, आपां फिर इस तों अगे डिजाइन जिस जिवें मर्जी बना सकते हैं। वेखो मैं बहुत ही हौली हौली इसे करके करन रही हाँ ता कि तुहानूं बड़ी आसानी नाल समझ लग जाए। मैं तो अड अड वीडियो क्रोशिए तो बनाऊंगी ता कि तुहानूं पहला सब तो पहला मैं सिंपल सिंपल डिजाइन जड़े आ वो बनाने दसूंगी। इस तरीके अपना बन के तैयार हो गया। हुण फिर जो आप पास एन पासा पलटांगे फिर इतने तीन चेना करांगे, एक दो तीन। वेखो आ पहली छड के दूजी चो आप फिर कढांगे। हुण आपां जिहड़ियां तीन चेनां बणाईआं सी इहदी वी आ पहली चो आपां इस तरीके बना लांगे। इक इस तरीके अपनी जिहड़ी बना के इहनूं तैयार करदे जावांगे। इस तरह आपां हौली हौली तुसीं क्रोशिया चलाउणा जिहड़ा सिख सकदे हो। जे मेरा चैनल सबसक्राइब नहीं किया जरूर करो ता कि मैं इस तरह तुहानूं जिहड़ियां चीज़ां नहीं आउंदियां उह तुहानूं हौली हौली बनाउणियां सिखा सकां।